are watching Channel Y. Channel Y, a South Asian Canadian channel. ਖੇਤੀ ਕਾਨੂੰਨਾਂ ਖਿਲਾਫ ਅੰਦੋਲਨ 'ਚ ਸ਼ਾਮਿਲ ਇੱਕ ਬਜ਼ੁਰਗ ਔਰਤ ਤੇ ਅਦਾਕਾਰਾ ਕੰਗਨਾ ਰਣੌਤ ਦੀ ਕਥਿਤ ਟਿੱਪਣੀ ਤੋਂ ਬਾਅਦ ਪੰਜਾਬ 'ਚ ਕੰਗਨਾ ਦਾ ਵਿਰੋਧ ਸ਼ੁਰੂ ਹੋ ਗਿਆ। 100-100 ਰੁਪਏ 'ਚ ਧਰਨੇ 'ਚ ਸ਼ਾਮਿਲ ਹੋਣ ਦੇ ਟਵੀਟ ਖਿਲਾਫ ਹੁਸ਼ਿਆਰਪੁਰ 'ਚ ਪੋਸਟਰ ਲੱਗ ਗਏ ਨੇ। ਹਾਲਾਂਕਿ ਇਹ ਪੋਸਟਰ ਕਿਸੇ ਸੰਗਠਨ ਜਾਂ ਵਿਅਕਤੀ ਨੇ ਕਦੋਂ ਲਾਏ ਇਸ ਬਾਰੇ ਕੋਈ ਜਾਣਕਾਰੀ ਨਹੀਂ, ਪਰ ਇਹਨਾਂ ਪੋਸਟਰਾਂ 'ਚ ਕੰਗਨਾ ਤੋਂ ਟਿੱਪਣੀ ਵਾਪਸ ਲੈਣ ਜਾਂ ਮਾਫ਼ੀ ਮੰਗਣ ਨੂੰ ਕਿਹਾ ਗਿਆ। ਉੱਥੇ ਹੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਕਿਸਾਨ ਅੰਦੋਲਨ ਦੀ ਪ੍ਰਤੀਕ ਬਣੀ ਦਾਦੀ ਮਹਿੰਦਰ ਕੌਰ ਨੂੰ ਮਦਰ ਇੰਡੀਆ ਅਵਾਰਡ ਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ। ਹੁਸ਼ਿਆਰਪੁਰ ਦੇ ਕਮਾਲਪੁਰ ਚੌਕ 'ਚ ਲੱਗੇ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਨੇ ਤੇ ਉਹਨਾਂ ਦੇ ਪਰਿਵਾਰ ਨਾਲ ਨੇ, ਇਸ ਲਈ ਕੰਗਣਾ ਇਸ ਤੋਂ ਦੂਰ ਰਹੇ। ਜੇ ਕੰਗਣਾ ਨੇ ਆਪਣੀ ਟਿੱਪਣੀ ਲਈ ਮਾਫ਼ੀ ਨਾ ਮੰਗੀ ਤਾਂ ਉਹਨਾਂ ਨੂੰ ਪੰਜਾਬ ਦੀ ਧਰਤੀ 'ਤੇ ਕਦਮ ਨਹੀਂ ਰੱਖਣ ਦਿੱਤਾ ਜਾਵੇਗਾ। ਪੋਸਟਰ 'ਚ ਕੰਗਣਾ 'ਤੇ ਤੰਜ ਵੀ ਲਿਖੇ ਗਏ ਨੇ। ਇਹ ਪੋਸਟਰ ਇੰਟਰਨੈੱਟ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਨਹੀਂ ਉਤਾਰਿਆ ਗਿਆ। ਅਦਾਕਾਰਾ ਕੰਗਣਾ ਰਣੌਤ ਦੇ ਕਥਿਤ ਟਵੀਟ ਤੋਂ ਬਾਅਦ ਚਰਚਾ 'ਚ ਆਈ ਮਹਿੰਦਰ ਕੌਰ ਨੇ ਆਪਣੇ ਕਿਸਾਨੀ ਸੰਘਰਸ਼ ਨੂੰ ਲੈ ਕੇ ਹੌਸਲਾ ਦਿਖਾਇਆ ਸੀ। ਫੈਡਰੇਸ਼ਨ ਦੇ ਮਨਜਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਦਾਦੀ ਮਹਿੰਦਰ ਕੌਰ ਨੂੰ ਮਦਰ ਇੰਡੀਆ ਦਾ ਅਵਾਰਡ ਦੇਣ ਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। You are watching Channel Y, a South Asian Canadian channel.